ਕਹਿਣ ਡੇ ਵੀ ਨਾ ਜੋਤ ਦੇ ਜਠਾਣੀ ਨੇ ਤੇ ਜੇਠ ਨੇ ਆਉਣਾ ਹੈ ਘਰ। ਉਹਨਾਂ ਕੀ ਲੈਣ ਆਉਣਾ ਸੀ? ਮੇਰੀ ਸੁਣੋ ਗੱਲ, ਜੇ ਅਗਲੇ ਘਰ ਆਉਣ ਲੱਗੇ ਆ ਤੇ ਕੋਈ ਗੱਲ ਕਰਨੀ ਹੋਣੀ ਇਹਨਾਂ ਨੇ, ਉਹ ਗੱਲ ਹੁਣ ਹੋ ਤੇ ਗਈ ਜਿਹੜੀ ਹੋਣੀ ਸੀ। ਉਹਨਾਂ ਨੂੰ ਪਤਾ ਨਹੀਂ ਸੀ ਸਵੇਰੇ ਕੀ ਆਉਣਾ ਸੀ ਆਪਾਂ? ਪਤਾ ਸੀ ਪਰ ਉਹ ਡੈਡ ਜੀ ਨੂੰ ਕੋਈ ਜ਼ਰੂਰੀ ਕੰਮ ਸੀ ਤੇ ਫਿਰ ਉਹ ਕਹਿੰਦੇ ਵੀ ਅਸੀਂ ਕਰ ਆਈਏ। ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਦੀਦੀ ਆ ਜਾਓ ਆਪਾਂ ਉੱਧਰ ਬੈਠਦੇ ਹਾਂ। ਆ ਗਈ ਸੀ ਮੈਂ ਗੱਲ ਕਰਕੇ, ਠੀਕ ਆ? ਚੱਲ ਜਾ ਚੱਜ ਨਾ ਕਰਕੇ ਆਈ ਹੁਣ, ਉਹ ਜਿਨ੍ਹਾਂ ਨੂੰ ਤਾਂ ਫੋਨ ਕੀਤਾ ਉਹਦੇ ਘਰ ਹੀ ਹੈ ਨਹੀਂ। ਗੱਲ ਤਾਂ ਮੈਂ ਤੁਹਾਡੇ ਨਾਲ ਇਹ ਕਰਨੀ ਸੀ। ਹਾਂਜੀ ਵੀ ਪਤਾ ਨਹੀਂ ਵੀ ਕਿੰਨੇ ਪਾਣੀ ਮਾਰ ਦਿੱਤੀ ਆ। ਤੁਹਾਨੂੰ ਇੱਥੇ ਪਤਾ ਲੱਗਾ ਕਿਸੇ ਗੱਲ ਬਾਰੇ ਕਿ ਨਹੀਂ? ਪਤਾ ਲੱਗਾ ਦੀਦੀ, ਡੈਡ ਜੀ ਤਾਂ ਬੜੇ ਗੁੱਸੇ 'ਚ ਨੇ। ਅੱਛਾ, ਉਹ ਤਾਂ ਕਹਿੰਦੇ ਸੀ ਵੀ ਮੈਂ ਹੁਣ ਰਿਸ਼ਤਾ ਹੀ ਨਹੀਂ ਕਰਨਾ ਹੈਗਾ। ਮਾਸੜ ਜੀ ਅਸੀਂ ਨਾ ਗੱਲ ਕਰਨ ਆਏ ਤੁਹਾਡੇ ਨਾਲ ਇੱਕ, ਉਹ ਰਿਸ਼ਤੇ ਬਾਰੇ ਜਿਹੜੀ ਚੱਲਣ ਡਈ ਆ। ਅੱਛਾ ਹਾਂਜੀ, ਮੈਂ ਕਹਿੰਦਾ ਵੀ ਤੁਹਾਡਾ ਤਾਂ ਫਰਜ਼ ਹੀ ਨਹੀਂ ਬਣਦਾ, ਤੁਸੀਂ ਲਿਆਉਂਦੇ ਜਾਂ ਤਾਂ ਆਪਣੇ ਆਪਣੇ ਮੰਮੀ ਡੈਡੀ ਨੂੰ ਨਾਲ, ਸਿਆਣਾ ਬੰਦਾ ਕੋਈ ਆਉਂਦਾ ਸਾਡੇ ਨਾਲ ਗੱਲ ਕਰਦਾ? ਜਿੱਦਾਂ ਦੀ ਗੱਲ ਹੋਈ ਆ ਤੁਹਾਡਾ ਕੀ ਫਰਜ਼ ਬਣਦਾ ਵਿੱਚ ਆਉਣ ਦਾ?